13045 ਤਾਕਤ ਵਾਲੀ ਹੁੰਦੀ ਹੈ ਤੇ ਨਿੰਮ ਵਾਲੀ ਸਪਰੇਅ ਜਿਹੜੀ ਉਹ ਜਿਹੜੀ ਵੀ ਚੀਜ਼ ਤੁਹਾਡੇ ਪੱਤਿਆਂ ਦੇ ਉੱਤੇ ਨਰਮਿਆਂ ਦੇ ਤੇ ਆਂਡੇ ਦਿੰਦੀ ਹੈਗੀ ਆ ਉਹਦੇ ਆਂਡਿਆਂ ਨੂੰ ਅੱਗੇ ਬੱਚੇ ਨਾ ਬਣ ਉਹਨਾਂ ਨੂੰ ਕੰਟਰੋਲ ਕਰਨ ਦਾ ਦੋਨਾਂ ਸਪਰੇਹਾਂ ਨੂੰ ਬਹੁਤੇ ਕਿਸਾਨ ਸਪਰੇਅ ਹੀ ਨਹੀਂ ਮੰਨਦੇ ਹੈਗਾ ਤਾਕਤ ਵਾਲੀਆਂ ਸਪਰੇਹਾਂ ਦੋ ਕਰਦੇ ਆ ਤੇਲੇ ਵਾਲੀਆਂ ਸਪਰੇਹਾਂ 6 ਕਰਦੇ ਆ ਜ ਜਦੋਂ ਤੁਹਾਨੂੰ ਬਾਹਰ ਕੱਢਣਾ ਹੈਗਾ ਇਸੇ ਕਰਕੇ ਕਿਤਾਬ ਲਈ ਕੀ ਸੀ ਇਸੇ ਕਰਕੇ ਵੀਡੀਓ ਬਣਾਉਣ ਲੱਗੇ ਹੋਇਆ ਇਸੇ ਕਰਕੇ ਆਉਣ ਵਾਲੇ ਸੀਜ਼ਨ ਚ ਵੈਰਾਈਟੀਆਂ ਨੂੰ ਛੱਡ ਗਏ ਨਕਾਰ ਗਏ ਕਈਆਂ ਤੇ ਕਾਂਟੀ ਮਾਰਨੀ ਹੈ ਕਈਆਂ ਤੇ ਆਪਾਂ ਗ੍ਰੀਨ ਟੈਕ ਲਾਉਣੀ ਆ ਸਨ ਪ੍ਰਭਾਉ ਇੱਕ ਸਫਲ ਤਜਰਬਾ ਹੋਇਆ ਜੇ ਵੀਡੀਓ ਸਾਰੀ ਦੇਖੋਗੇ ਤੇ ਸ਼ੇਅਰ ਕਰੋਗੇ ਤੁਹਾਨੂੰ ਫਾਇਦਾ ਹੋ ਜਾਣਾ ਨਰਮੇ ਤੋਂ ਬਾਅਦ ਨਰਮਾ ਤਾਂ ਨਹੀਂ ਲੱਗਣਾ ਹੈਗਾ ਪਰ ਨਰਮੇ ਤੋਂ ਬਾਅਦ ਅਗਲੇ ਆਉਣ ਵਾਲੇ ਸੀਜ਼ਨ ਵਿੱਚ ਤੁਹਾਨੂੰ ਮਦਦ ਮਿਲ ਜਾਣੀ ਆ ਕਾਫੀ ਕ੍ਰੌਪ ਪ੍ਰੈਕਟਿਸਾਂ ਖੁੱਲੇ ਪੜ ਦਾ ਨਰਮਾ ਲੱਗਦਾ ਭੀੜੇ ਪੜ ਦਾ ਨਰਮਾ ਲੱਗਦਾ ਕਦ ਕਾਠ ਨਹੀਂ ਹੋਇਆ ਇਸ ਵਾਰ ਨਰਮਿਆਂ ਦਾ ਆਪਾਂ ਸਾਮ ਸੰਭਾਲ ਦੇ ਵਿੱਚ ਕੋਈ ਕਤਾਹੀ ਵਰਤੀ ਹੋਣੀ ਆ ਇਹ ਨਰਮਾ 8 ਫੁੱਟ ਲਗਭਗ ਲੰਮਾ ਸੀਗਾ ਬਾਈ ਦਾ ਕੱਦ 6 ਫੁੱਟ ਆ ਇਹਦਾ ਹੱਥ ਖੜੇ ਹੋਣ ਤੋਂ ਬਾਅਦ ਵੀ ਇਹਦਾ ਹੱਥ ਦਿਖਦਾ ਨਹੀਂ ਹੁੰਦਾ ਸੀਗਾ ਉਹ ਤੁਸੀਂ ਸਾਈਡ ਤੇ ਦੇਖ ਰਹੇ ਹੋਗੇ ਉਹ ਟੰਬਾ ਲੱਗਿਆ ਹੋਇਆ ਉਹ ਫਰਮੈਂਟ ਟਰੈਪ ਲੱਗਿਆ ਹੋਇਆ ਉਹਦਾ ਵੀ ਸਿਰਫ ਸਿਰ ਦਿਖਦਾ ਸੀਗਾ ਵੀ 8 ਫੁੱਟ ਹਾਈਟ ਸੀ ਚਖੇੜੇ ਕਰਕੇ بارش ਕਰਕੇ ਨਰਮਾ ਡੇਗ ਆ ਖਾਸੀਅਤ ਇਹ ਆ ਕਿ ਇਹ ਨਰਮੇ ਦੇ ਟੀਂਡੇ ਬਹੁਤ ਮੋਟੇ ਆ ਵੈਰਾਈਟੀ ਨਾਰਮਲ ਆ 926 ਵੀਰੇ 926 926 ਵੈਰਾਈਟੀ ਆ ਇਹ ਤੇ ਖਾਸ ਗੱਲ ਇਹ ਆ ਕਿ ਇਸ ਬਾਣ ਦੇ ਵਿੱਚ ਅ ਪਿਛਲੀ ਫਸਲ ਸਰੋਂ ਸੀਗੀ ਸਰੋਂ ਸੀ ਜੀ ਸਰੋਂ ਅਸੀਂ ਉਦੋਂ ਪਿੱਛੇ ਝੋਨਾ ਸੀ ਮਲਚਿੰਗ ਵਾਲਾ ਸੀ ਠੀਕ ਹੈ ਜੀ ਸਰੋਂ ਮਲਚਿੰਗ ਵਾਲੀ ਕਹਿਣ ਦਾ ਮਤਲਬ ਮੈਂ ਤੁਹਾਨੂੰ ਜਿਹੜੀ ਗੱਲ ਤੇ ਲੈ ਕੇ ਆਉਣਾ ਚਾਹਣਾ ਵੀ ਆਪਾਂ ਖੇਤ ਦੇ ਵਿੱਚ ਪਹਿਲਾਂ ਸੁੱਕਾ ਖੇਤ ਬਾਉਣੇ ਆ ਫਿਰ ਪਾਣੀ ਲਾਉਣੇ ਆ ਫਿਰ ਉਹਨੂੰ ਦੋ ਵਾਰ ਤਵੀਆਂ ਨਾਲ ਵਾਹ ਕੇ ਹਲ ਮਾਰ ਕੇ ਸੁਹਾਗਾ ਮਾਰ ਕੇ ਸੋਹਣਾ ਖੇਤ ਬਣਾ ਕੇ ਆਪਾਂ ਬੀਜ ਦੇਣਾ ਇਹਦੇ ਵਿੱਚ ਉਹ ਕੰਮ ਨਹੀਂ ਹੋਇਆ ਇਹਦੇ ਵਿੱਚ ਜੋ-ਜੋ ਕੰਮ ਹੋਇਆ ਵੀ ਖੜੀ ਫਸਲਾ ਜਿਹੜੀ ਉਹ ਪਿਛਲੀ ਫਸਲ ਗਈ ਖੇਤ ਖਾਲੀ ਹੋਇਆ ਖੇਤ ਦੇ ਵਿੱਚ ਰੌਣੀ ਕੀਤੀ ਕਸੌਲੀਆਂ ਦੇ ਨਾਂ ਲੈਣਾ ਦੇ ਵਿੱਚ ਬਾਈ ਨੇ ਬੂਟੇ ਲਾਏ ਸੀਗੇ ਕਿੰਨਾ ਬੀ ਪਿਆ ਕੀ ਖਰਚਾ ਹੋਇਆ ਕੀ ਥੱਲੇ ਖਾਦਾਂ ਦਾ ਪ੍ਰਬੰਧ ਹੋਇਆ ਉੱਪਰ ਸੁਪਰੇਹਾ ਦਾ ਪ੍ਰਬੰਧ ਹੋਇਆ ਮੱਛਰ ਕਿੰਨਾ ਕਾਇਆ ਨੇ ਇਹਦੇ ਖੇਤ ਚ ਵਾਇਰਸ ਨਹੀਂ ਦਿਖਿਆ ਹੈਗਾ ਇਸ ਖੇਤ ਦੇ ਵਿੱਚ ਇਸ ਏਰੀਆ ਦੇ ਵਿੱਚ ਬਾਰਿਸ਼ ਇੰਨੀ ਕਿ ਜ਼ਿਆਦੇ ਹੋਈ ਆ ਵੀ 2-2 2.5 2.5 ਫੁੱਟ ਪਾਣੀ ਕਈ ਦਿਨ ਖੜਾ ਰਿਹਾ ਜਿਹਦੇ ਕਰਕੇ ਨਰਮੇ ਨੂੰ ਪਾਣੀ ਵੀ ਲੱਗਿਆ ਹੋਇਆ ਸੀ ਉਸ ਤੋਂ ਬਾਅਦ ਦੁਬਾਰਾ ਵੱਡੀ ਬਰਖਾ ਜਿਹੜੀ ਉਹ ਚ ਖੇੜੇ ਦੇ ਰੂਪ ਵਿੱਚ ਹਵਾ ਦੇ ਨਾਲ ਹੋਈ ਵੀ ਨਰਮਾ ਡਿੱਗ ਪਿਆ ਕਿਉਂਕਿ ਫਰੂਟ ਬਹੁਤ ਜ਼ਿਆਦੇ ਸੀ ਅਸੀਂ ਇਹ ਸਾਰੇ ਦੇ ਨਾਲ ਬੂਟਾ ਖੜਾ ਕੀਤਾ ਹੋਇਆ ਕਿ ਤੁਸੀਂ ਦੇਖਿਆ ਹੋਊਗਾ ਵੀ ਜਾਂਦਾ ਨਾਰਮ ਇਹਦੀਆਂ ਛਟੀਆਂ ਹੀ ਖੜੀਆਂ ਹੁੰਦੀਆਂ ਸੰਗਰੇ ਨਾਰਮ ਇਹ ਥੱਲੇ ਫਲ ਵੀ ਨਹੀਂ ਹੁੰਦਾ ਇਹਦੇ ਟੀਂਡੇ ਜਮਾ ਥੱਲੋਂ ਸ਼ੁਰੂ ਹੋ ਰਿਹਾ ਤੇ ਮੇਰੇ ਗੁੱਟ-ਗੁੱਟ ਵਰਗੀਆਂ ਇਹਦੀਆਂ ਮੋਟੀਆਂ ਛਟੀਆਂ ਹੈਗੀਆਂ ਸੋ ਜਾਣਕਾਰੀ ਲਈ ਤੁਸੀਂ ਵੀਡੀਓ ਨੂੰ ਪੂਰਾ ਦੇਖਿਓ ਤੇ ਬਾਈ ਨਾਲ ਆਪਾਂ ਕਰਦੇ ਹਾਂ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਾਂ ਦੂਜੀ ਤੀਜੀ ਵਾਰ ਮਿਲ ਰਹੇ ਹਾਂ ਤੇ ਤੁਹਾਨੂੰ ਪਹਿਲ ਤੁਹਾਡੀਆਂ ਵੀਡੀਓ ਪਹਿਲਾਂ ਵੀ ਆਪਣੇ ਪੇਜ ਤੇ ਗਈਆਂ ਹੈਗੀਆਂ ਤੁਸੀਂ ਇਹ ਕੁਝ ਵੱਖਰਾ ਕੀਤਾ ਰਿਸਕ ਹੁੰਦੀ ਆ ਕਿਉਂਕਿ ਸਾਈਡਾਂ ਦੇ ਟੀਚਰਾਂ ਕਰਨ ਵਾਲੇ ਵੀ ਆਪਣੇ ਭੈਣ ਭਾਈ ਆਪਣੇ ਏਰੀਏ ਦੇ ਹੁੰਦੇ ਆ ਕਿੰਨਾ ਕੁ ਡਰ ਲੱਗਦਾ ਸੀ ਪਹਿਲਾਂ ਵੀ ਇਹ ਚਿਹਰੇ ਚੜੂਗੇ ਨਾ ਚੜੂ ਨਹੀਂ ਬਾਈ ਇਹ ਆਪਾਂ ਪਿਛਲੇ ਵਾਰ ਅੱਧਾ ਬਿਗੇ ਤੇ ਟਰਾਇਲ ਕੀਤਾ ਸੀ ਇਸ ਵਾਰ ਕਿੰਨਾ ਲਾਤਾ ਇਸ ਵਾਰ 9 ਬਿਗੇ ਲਾਤੇ ਠੀਕ ਹੈ ਜੀ ਥੋੜਾ ਅੱਗੇ ਆਜੋ ਪਿਛਲੀ ਵਾਰ ਆਪਾਂ ਨਰਮੇ ਵਾਲੀ ਜਗ੍ਹਾ ਤੇ ਕਣਕ ਬੀਜੀ ਸੀ ਮਲਚਿੰਗ ਵਾਲੀ ਹਾਂਜੀ ਤੇ ਉਹਨੂੰ ਬਿਨਾ ਵਾਹੇ ਤੋਂ ਕਣਕ ਦੀ ਤੂੜੀ ਨਹੀਂ ਬਣਾਈ ਸੀ ਉਹਨੂੰ ਕਟਰ ਨਾਲ ਖਲਾਰਤਾ ਲਾਂਗੇ ਨੂੰ ਓਕੇ ਤੇ ਉੱਥੇ ਆਪਾਂ ਨਰਮਾ ਲਾਤਾ ਸੀ ਠੀਕ ਹੈ ਜੀ ਉਹ ਮੰਨ ਲਓ ਦੂਜੀ ਪੂਰੀ ਪੱਟੀ ਦੇ ਵਿੱਚ ਲਾਸਟ ਸੀਗਾ ਠੀਕ ਹੈ ਦੂਜੇ ਬਾਹਣ ਨੂੰ ਆਪਾਂ ਵਾਹ ਕੇ ਵਧੀਆ ਵਾਇਆ ਬੀਜਿਆ ਸੀ ਤੇ ਉਹਨੂੰ ਸਿਲਰ ਵੀ ਮਾਰੇ ਸੀ ਸਾਰਾ ਕੁਝ ਕੀਤਾ ਉਹ ਲਾਸਟ ਤਾਂ ਹੀ 21 ਰਿਆ 19 ਨਹੀਂ ਹੋਇਆ ਦੂਸਰੇ ਨਾਲ ਮਤਲਬ ਤਜਰਬਾ ਹੋ ਗਿਆ ਵੀ ਨਰਮੇ ਦੇ ਵਿੱਚ ਨਾ ਜਦੋਂ ਸਤੰਬਰ ਦਾ ਮਹੀਨਾ ਸ਼ੁਰੂ ਹੋ ਜਾਂਦਾ ਨਰਮਾ ਪਾਣੀ ਮੰਗਦਾ ਰੁੱਖਤ ਆ ਜਾਂਦੀ ਹੈ ਪਹਿਲਾਂ ਬਾਰਸ਼ਾਂ ਪਈਆਂ ਹੁੰਦੀਆਂ ਖਾਦਾ ਖੁੱਦਾ ਦਾ ਕੰਮ ਨਿਭੜ ਜਾਂਦਾ ਜਿਹੜੇ ਕਿਸਾਨ ਲਗਾਤਾਰ ਖਾਦ ਦਾ ਪ੍ਰਬੰਧ ਕਰਦੇ ਰਹਿੰਦੇ ਉਹਨਾਂ ਦੇ ਨਰਮੇ ਲੰਮਾ ਸਮਾਂ ਫਰੂਟ ਲੈ ਕੇ ਚੰਗਾ ਭਾਰ ਬਣਾਉਂਦੇ ਆ ਚੰਗਾ ਪ੍ਰੋਡਕਸ਼ਨ ਦਿੰਦੇ ਆ ਪਰ ਜਿਹੜੀ ਕ੍ਰੌਪ ਪ੍ਰੈਕਟਿਸ ਹੈ ਹੀ ਵੱਖਰੀ ਭਾਈ ਇਹਦੇ ਬਜਾਈ ਦੇ ਵਿੱਚ ਤੁਸੀਂ ਕੋਈ ਹਾਲ ਸੁਹਾਗਾ ਨਹੀਂ ਮਾਰਿਆ ਵਾਣ ਦੇ ਵਿੱਚ ਨਹੀਂ ਮਾਰਿਆ ਤੁਸੀਂ ਪਿਛਲੀ ਫਸਲ ਕੱਟ ਲਈ ਉਹਨੂੰ ਰੌਣੀ ਕਰ ਲਿਆ ਵਾਣ ਦੇ ਨੂੰ ਤੁਸੀਂ ਬਿਨਾ ਵਾਹੇ ਤੇ ਉਹਦੇ ਵਿੱਚ ਤੁਸੀਂ ਫਿਰ ਕਿਵੇਂ ਬੀਜ ਲਾਏ ਕਿੰਨਾ ਬੀ ਪਿਆ ਆਪਾਂ ਮਸ਼ੀਨ ਨਾਲ ਹੀ ਬੀਜਿਆ ਜੀ 20 ਡਲ ਕੀਤਾ ਹਾਂਜੀ 0 ਡਲੇ ਚ ਕੀਤਾ ਜਿੱਦਾਂ ਆਪਾਂ ਖੜੇ ਖੇਤ ਦੇ ਵਿੱਚ ਆਪਾਂ ਕਣਕ 0 ਡਲੇ ਦੇ ਨਾਲ ਬੀਜਦੇ ਆ ਜਾਂ ਹੋਰ ਕੋਈ ਚੀਜ਼ ਬੀਜਦੇ ਆ ਉਸ ਤਰੀਕੇ ਦੇ ਨਾਲ ਤੁਸੀਂ ਬੀਜਿਆ ਮਤਲਬ ਨਰਮੇ ਵਾਲੀ ਮਸ਼ੀਨ ਦੇ ਨਾਲ ਹੀ ਬੀਜਿਆ ਨਰਮੇ ਵਾਲੀ ਜਿੰਨਾ ਵੀ ਆਮ ਪਾਉਣੇ ਤੁਹਾਡੇ 5 ਕਨਾਲਾਂ ਦਾ ਵਿੱਗਾ ਕਿੰਨਾ ਵੀ ਪਤਾ ਪੰਜ ਕਨਾਲਾਂ ਚ ਵੈਸੇ ਡੇਢ ਪੈਕੇਟ ਪਾਉਣੇ ਹੁੰਦੇ ਆ ਆਪਾਂ ਠੀਕ ਹੈ ਜੀ ਤੇ ਇਹਦੇ ਵਿੱਚ ਆਪਾਂ ਇੱਕ ਪੋਰ ਬੰਦ ਕਰਕੇ ਮੰਨ ਲਓ ਚਾਰ ਪਾੜਿਆਂ ਵਾਲੀ ਮਸ਼ੀਨ ਆ ਓੜਿਆਂ ਵਾਲੀ ਤਾਂ ਉਹਦੇ ਵਿੱਚ ਦੋ ਓੜਿਆਂ ਚ ਬੀਸੀ ਇੱਕ ਬੰਦ ਕਰਕੇ ਇੱਕ ਚ ਬੀ ਸੀਗਾ ਠੀਕ ਹੈ ਜਿੰਨੇ 3.5 ਫੁੱਟ ਤੇ ਓੜੇ ਤੋੜ ਆ ਜੀ ਬੀਜੇ ਮੈਂ ਕਿਸਾਨ ਭਰਾਓ ਤੁਹਾਨੂੰ ਇਹਨਾਂ ਦਾ ਪਾਈਆਂ ਦਾ ਪਿੰਡ ਵੀ ਦੱਸ ਦੇਵਾਂ ਪਿੰਡ ਬਸ਼ੀਰ ਆ ਇਹ ਟਿੱਬੀ ਹਨੂਮਾਨਗੜ ਏਰੀਏ ਦਾ ਇੱਕ ਤਹਿਸੀਲ ਆ ਉਥੋਂ ਸੰਗਰੀਆ ਰੋਡ ਦੇ ਉੱਤੇ ਇਹਨਾਂ ਦਾ ਪਿੰਡ ਪੈਂਦਾ ਤੇ ਟੀਂਡੇ ਅਸੀਂ ਕਾਫੀ ਤੋੜ ਕੇ ਦੇਖਿਆ ਕੋਈ ਪਿੰਕ ਬਾਲ ਵਰਮ ਦਾ ਟੈਕਨਿਕ ਕੋਈ ਪਲਾਂਟ ਦੇ ਉੱਤੇ ਲੀਫ ਕਰਲ ਵਾਇਰਸ ਨਹੀਂ ਹੈਗਾ ਕੋਈ ਵੀ ਮਤਲਬ ਜਿਵੇਂ ਆਪਾਂ ਦੇਖਦੇ ਆ ਕਿ ਜਿਹੜਾ ਟੀਂਡੇ ਦਾ ਭਾਰ ਹੁੰਦਾ ਉਹ ਮੇਨ ਚੀਜ਼ ਹੁੰਦੀ ਆ ਜੇ ਤੁਹਾਡਾ 2.5 ਗ੍ਰਾਮ ਐਵਰੇਜ ਆ ਰਿਹਾ 3 ਗ੍ਰਾਮ ਐਵਰੇਜ ਆ ਰਿਹਾ ਤੁਸੀਂ ਬਹੁਤ ਲੱਕੀਓ ਚੰਗੀ ਫਸਲ ਹੋਊਗੀ ਤਾਂ ਇੰਨੇ ਮਾੜੇ ਹਾਲਾਤਾਂ ਦੇ ਵਿੱਚ ਬਾਕੀ ਖੇਤਾਂ ਨੂੰ ਦੇਖਦੇ ਹੋਏ ਇਹ ਫਸਲ ਨੂੰ ਆਪਾਂ ਏ ਗ੍ਰੇਡ ਕਹਿ ਸਕਦੇ ਹਾਂ ਤੇ ਬਾਈ ਕਿੰਨਾ ਕ ਇਹਦਾ ਤੁਸੀਂ ਪਹਿਲੀ ਚੋਣੀ ਕਰ ਲਈ ਹਾਂਜੀ ਉਹਦਾ ਮਤਲਬ ਤੁਸੀਂ ਪਹਿਲਾਂ ਇਹ ਬਜਾਈ ਕਦੋਂ ਦੀ ਹੋਇਆ ਗਿਆ ਇਹ 7 April ਦਾ ਬਹੁਤ ਜ਼ਿਆਦਾ ਗੇਤਾ ਅਗੇਤਾ ਨਰਮਾ ਲੱਗਿਆ ਹੋਇਆ ਇਹ ਤੇ ਅਗੇਤੇ ਨਰਮੇ ਨੂੰ ਆਉਟ ਦੇ ਨਾਲ ਫਰੂਟ ਛੇਤੀ ਆ ਜਾਂਦਾ ਹੁੰਦਾ ਕਿਉਂਕਿ ਜਿਹੜੇ ਜਿਹੜੇ ਹਾਈਬ੍ਰਿਡ ਹੈਗੇ ਆ ਇਹ ਲਗਭਗ 60 65 ਦਿਨਾਂ ਤੋਂ ਹੀ ਫੁੱਲ ਬੁੱਕ ਹੀ ਲੈਣੀ ਪੂਰੀ ਵਧੀਆ ਸਟਾਰਟ ਕਰ ਦਿੰਦੇ ਹੈਗੇ ਆ ਤੇ ਜੇ ਖਰਾਕ ਮਿਲ ਜਾਂਦੀ ਹੈ ਤੇ ਉਹ ਫਰੂਟ ਪਕਾ ਵੀ ਜਾਂਦੇ ਆ ਸਹੀ ਹਵਾਵਾਂ ਦਾ ਤਾਲਮੇਲ ਕਲਾਈਮੇਟ ਦਾ ਤਾਲਮੇਲ ਬੂਟੇ ਦੇ ਨਾਲ ਵੈਰਾਈਟੀ ਦੇ ਨਾਲ ਬਣਦਾ ਤਾਂ ਪਹਿਲਾ ਫਰੂਟ ਬਣਦਾ ਇਸ ਵਾਰੀ ਇਹ ਪਹਿਲਾ ਜਿਹੜਾ ਗੇਤਾ ਫਰੂਟ ਆ ਉਹ ਘੱਟ ਆਇਆ ਹੈਗਾ ਪਹਿਲੀ ਫਿਰ ਚਗਾਈ ਕਿੰਨਾ ਕੁ ਤੁਸੀਂ ਲਿਆ 40-50 ਕਿਲੋ ਚੁਗਿਆ ਜੀ ਪਹਿਲੇ 5-5 7 ਮਤਲਬ ਜਿਹੜਾ ਸ਼ੁਰੂ ਚ ਟਿੰਡਾ ਖੜਿਆ ਸੀਗਾ ਤੇ ਹੁਣ ਦੂਜੀ ਚਗਾਈ ਚੰਗੀ ਆਉਣ ਦੀ ਉਮੀਦ ਆ ਦੂਜੀ ਚੰਗੀ ਆਊਗੀ ਜੀ ਟਿੰਡੇ ਬਹੁਤ ਆ ਠੀਕ ਹੈ ਥੋੜੇ ਬਾਕੀ ਏਰੀਆ ਦੇ ਮੁਕਾਬਲੇ ਮੈਂ ਦੇਖ ਰਿਹਾ ਬੈਲਟ ਵੀ ਆਈ ਹੋਈ ਆ ਬੂਟੇ ਸੁੱਕੇ ਵੀ ਹੋਏ ਆ ਸਿੱਧੇ ਖੜੇ ਸੁੱਕੇ ਹੋਏ ਆ ਜਾਂ ਉਹਨਾਂ ਜਿਆਦੇ ਫਰੂਟ ਨਹੀਂ ਹਜੇ ਵੀ ਇਹ ਡਿੱਗੇ ਹੋਏ ਨਰਮੇ ਤੇ ਵੀ ਚਹਲ ਪਹਲ ਕਾਫੀ ਜਿਆਦੇ ਆ ਮੇਰਾ ਖਿਆਲ ਵੀ ਜੇ ਨਾ ਡਿੱਗਦਾ ਤਾਂ ਉੱਪਰਲੇ ਟੂਸੇ ਤੇ ਵੀ ਇਹਨੇ ਕਾਫੀ ਫਰਾ ਫਲ ਪਕਾ ਲੈਣਾ ਸੀਗਾ ਸਹੀ ਹੈ ਜੀ ਬਹੁਤ ਤੇ ਡਿੱਗਣ ਦਾ ਕਾਰਨ ਕੀ ਰਿਹਾ ਬਾਈ ਜੀ ਵੀ ਬਾਣ ਪੋਲਾ ਸੀਗਾ ਕਿ ਬਿਰਲਾ ਜਾਦੇ ਸੀ ਜਾਂ ਕੋਈ ਹੋਰ ਕਾਰਨ ਇੱਕ ਤਾਂ ਬਾਈ ਬਿਰਲਾ ਸੀਗਾ ਇੱਕ ਫਰੂਟ ਬਹੁਤ ਜਾਦੇ ਸੀ ਇਸ ਨੂੰ ਟਿੰਡੇ ਬਣਾ ਚੁੱਕਿਆ ਸੀ ਹਾਂ ਇੱਕ ਆਪਾਂ ਉਸੇ ਦਿਨ ਪਾਣੀ ਲਾਇਆ ਤੇ ਪਾਣੀ ਲੋਂਦਿਆਂ ਤੇ ਜਸਟ ਹੀ ਆਪਣੇ ਝਖੇੜਾ ਆਇਆ ਸੀਗਾ ਮੀਂਹ ਆਇਆ ਸੀ ਪੰਜ ਛੇ ਉਂਗਲਾਂ ਜਨਾਬ ਬਾਰੀ ਵਾਲਾ ਪਾਣੀ ਖੇਤ ਚ ਖੜਾ ਸੀਗਾ ਹਾਂਜੀ ਤੇ ਉਦੋਂ ਬਾਅਦ ਹਵਾ ਚੱਲ ਕੇ ਬਾਰਿਸ਼ ਪਈ ਆ ਹਵਾ ਚੱਲ ਕੇ ਬਾਰਿਸ਼ ਪਈ ਹੈ ਬਾਰਿਸ਼ ਪੈਂਦੀ ਵਿੱਚ ਖੇੜੇ ਵਾਲੀ ਬਾਰਿਸ਼ ਪਈ ਸੀ ਤੇ ਸਾਰਾ ਸਾਨ ਪ੍ਰਭ ਉਹ ਇੰਨੀਆਂ ਮਾੜੀਆਂ ਪ੍ਰਸਥਿਤੀਆਂ ਦੇ ਬਾਵਜੂਦ ਵੀ ਜੇ ਫਸਲ 5 ਕੁਇੰਟਲ ਵੀ ਦੇ ਕੇ ਜਾਂਦੀ ਆ ਤਾਂ ਮੈਨੂੰ ਲੱਗਦਾ ਵੀ ਬਹੁਤ ਚੰਗੇ এনवायरमेंट ਦੇ ਵਿੱਚ ਚੰਗੀ ਜ਼ਮੀਨ ਚੰਗੀ ਸਾਮ ਸਵਾਲ ਦੇ ਵਿੱਚ ਇਹ 5 ਕਨਾਲਾਂ ਦੇ ਵਿੱਚੋਂ 8 ਕੁਇੰਟਲ 10 ਕੁਇੰਟਲ ਤੱਕ ਵੀ ਜਾ ਸਕਦੀ ਆ ਕਿਉਂਕਿ ਹਰ ਇੱਕ ਏਰੀਏ ਦੇ ਵਿੱਚ ਹਰ ਇੱਕ ਕ੍ਰੌਪ ਪ੍ਰੈਕਟਿਸ ਫਸਲ ਕਰਨ ਦਾ ਤਰੀਕਾ ਜਿਹੜਾ ਉਹ ਕਾਮਯਾਬ ਨਹੀਂ ਹੋ ਸਕਦਾ ਬਾਈ ਨੇ ਆਪਦੀ ਰਿਸਕ ਲਈ ਆ ਤੁਸੀਂ ਇਹਦਾ ਹੁਣ ਖੜੀ ਫਸਲ ਵੀ ਆ ਕੇ ਦੇਖ ਸਕਦੇ ਹੋ ਪਰ ਤੁਸੀਂ ਆਪਣੇ ਏਰੀਏ ਦੇ ਵਿੱਚ ਇਹਨੂੰ ਛੋਟੇ ਬੱਦਰ ਤੇ ਕਰ ਲੋ ਚਾਰ ਕਨਾਲਾ ਦੋ ਕਨਾਲਾ ਇੱਕ ਕਿਲਾ ਕਰਕੇ ਦੇਖ ਲੋ ਉਦੋਂ ਬਾਅਦ ਤੁਸੀਂ ਰਿਜ਼ਲਟ ਲੈ ਲਿਆ ਫਿਰ ਉਹਨੂੰ ਵੱਡੇ ਏਰੀਏ ਵਿੱਚ ਤੁਸੀਂ ਕਰਨ ਦੇ ਵਿੱਚ ਹਿਜਕ ਚਾਉਣਾ ਨਹੀਂ ਹੈਗਾ ਤੁਸੀਂ ਆਸਾਨੀ ਦੇ ਨਾਲ ਉਹ ਤੇ ਕੰਮ ਕਰ ਲਵੋਗੇ ਬਈ ਇਹ ਤੇ ਤੇਲੇ ਦਾ ਅਟੈਕ ਕਿੰਨਾ ਕੁ ਹੋਇਆ ਸੀ ਕਹੂੰਗਾ ਇਹ ਬਿਰਲਾ ਸੀਗਾ ਤੇਲੇ ਦਾ ਅਟੈਕ ਨੋਰਮਲ ਅਟੈਕ ਹੈ ਤੇ ਰਿਆ ਹੀ ਐ ਅਸੀਂ ਤੇਲਾ ਮਾਰਨ ਵਾਲੀ ਕੋਈ ਸਪਰੇ ਨਹੀਂ ਕੀਤੀ ਜੀ ਅੱਛਾ ਫਿਰ ਕਿਹੜੀ ਕੀਤੀ ਅਸੀਂ ਸਟਾਰਟਿੰਗ ਤੋਂ ਨਿੰਮ ਵਾਲੀਆਂ ਸਪਰੇਆਂ ਕੀਤੀਆਂ ਨਿੰਮ ਤੇ ਆਪਣੇ ਮੈਟਾਰਾਈਜ਼ਮ ਸਹਾਨ ਪ੍ਰਭੂ ਸਪ੍ਰੇਆ ਕੀਤੀ ਇੱਕ ਵਾਰ ਇੱਥੇ ਰੋਕਰਾ ਜਾਵਾਂਗਾ ਬਾਈ ਨੂੰ 13045 ਤਾਕਤ ਵਾਲੀ ਹੁੰਦੀ ਹੈ ਤੇ ਨਿੰਮ ਵਾਲੀ ਸਪ੍ਰੇਆ ਜਿਹੜੀ ਉਹ ਜਿਹੜੀ ਵੀ ਚੀਜ਼ ਤੁਹਾਡੇ ਪੱਤਿਆਂ ਦੇ ਉੱਤੇ ਨਰਮਿਆਂ ਦੇ ਤੇ ਆਂਡੇ ਦਿੰਦੀ ਹੈਗੀ ਆ ਉਹਦੇ ਆਂਡਿਆਂ ਨੂੰ ਅੱਗੇ ਬੱਚੇ ਨਾ ਬਣ ਉਹਨਾਂ ਨੂੰ ਕੰਟਰੋਲ ਕਰਨ ਦਾ ਕੰਮ ਕਰਦੀ ਹੁੰਦੀ ਆਂਡਿਆਂ ਦੇ ਉੱਤੇ ਛਿਲਕਾ ਲੈਂਦਾ ਹੈਗਾ ਉਹਦੇ ਨਾਲ ਸੰਬੰਧ ਹੁੰਦਾ ਵੀ ਇਹ ਅੱਗੇ ਇਨਸੈਕਟ ਦੀ ਪੋਪੂਲੇਸ਼ਨ ਕੰਟਰੋਲ ਹੁੰਦੀ ਆ ਤੇ ਇਹਨਾਂ ਦੋਨਾਂ ਸਪਰੇਹਾਂ ਨੂੰ ਬਹੁਤੇ ਕਿਸਾਨ ਸਪਰੇ ਹੀ ਨਹੀਂ ਮੰਨਦੇ ਹੈਗੇ ਕਹਿੰਦੇ ਨਿੰਮ ਵਾਲੀ ਕਿਹੜੀ ਸਪਰੇ ਹੁੰਦੀ ਹੈਗੀ ਆ ਘਰੇ ਨਿੰਮ ਦੀਆਂ ਡਾਂਗੀਆਂ ਵਾਲ ਲੋ ਉਹ ਕਰ ਲੋ ਅਸਲ ਦੇ ਵਿੱਚ ਕੰਮ ਤਾਂ ਉਹ ਵੀ ਆ ਜਾਂਦਾ ਉੱਥੇ ਮਿਹਨਤ ਜ਼ਿਆਦਾ ਹੋ ਜਾਂਦੀ ਜਿਹਦੇ ਕੋਲੇ 50 ਕਿੱਲੇ ਨਰਮਾ ਉਹ ਤਾਂ ਫਿਰ ਸਾਰੇ ਪਿੰਡ ਦੇ ਨਿੰਮ ਛਾਂਗ ਦੂਗਾ ਜਾਂ ਫਿਰ ਆਪਦੀ ਪਹਿਲਾਂ ਤਿਆਰੀ ਹੋਣੀ ਚਾਹੀਦੀ ਥੋੜੇ ਖੇਤ ਦੇ ਵਿੱਚ ਨਿੰਮ ਦੇ ਪੂਟੇ ਜਾਂ ਹੋਰ ਅੱਕ ਦਾ ਬੂਟਾ ਦਤੂਰੇ ਦਾ ਇਹ ਚੀਜ਼ਾਂ ਲੱਗੀਆਂ ਹੋਣੀਆਂ ਚਾਹੀਦੀਆਂ ਜੇ ਤੁਹਾਨੂੰ ਮਾਰਕੀਟ ਚੋਂ ਵੀ ਲੈ ਕੇ ਕਰਨੀ ਪੈਂਦੀ ਹੈ ਕੋਈ ਘੱਟ ਖਰਚੀ ਦੀ ਜਿਹਦਾ ਲੰਬਾ ਰਿਜ਼ਲਟ ਆ ਜਿਹੜੀ ਟੈਕਨੀਕਲੀ ਫੁੱਲਫ ਜਦੋਂ ਫਿਰ ਤਾਕਤ ਵਾਲੀਆਂ ਸਪਰੇਹਾਂ ਤਾਂ ਕਰ ਗਈਆਂ ਹੋਣਗੀਆਂ ਤੇਲ ਵਾਲੀਆਂ ਨਹੀਂ ਕਰੇਗਾ ਤਾਂ ਹਾਂਜੀ ਤਾਕਤ ਵਾਲੀਆਂ ਆਪਾਂ 5 ਦਲਾਲ ਘੋਲ ਕੀਤੇ ਐ ਇਸਤੇ ਜੀ ਤੇ 3 ਸਪਰੇਹਾਂ ਮੈਗਨੀਸ਼ੀਅਮ ਦੀਆਂ ਕੀਤੀਆਂ ਹਾਂਜੀ 2 ਸਪਰੇਹਾਂ 13045 ਠੀਕ ਹੈ ਸਪਰੇਹ 0050 ਤੇ ਯੂਰੀਆ ਦੀ ਕਰੀਏ ਠੀਕ ਹੈ ਜੀ ਕਿਸਾਨ ਭਰਾਵੋ ਤੁਸੀਂ ਦੇਖੋ ਬਾਈ ਦਾ ਤਜਰਬਾ ਵੀ ਇਹਨੇ ਉਂਗਲਾਂ ਤੇ ਸਾਰੀਆਂ ਚੀਜ਼ਾਂ ਯਾਦ ਪਈਆਂ ਬਹੁਤੇ ਵੀਰ ਲਿਖਦੇ ਵੀ ਨਹੀਂ ਹੈਗੇ ਤੇ ਜ਼ਿਆਦਾ ਤਾਂ ਰਹਿਣਾ ਹੀ ਕਿੱਥੋਂ ਹੈਗਾ ਤਾਕਤ ਵਾਲੀਆਂ ਸਪਰੇਹਾਂ 2 ਕਰਦੇ ਐ ਤੇਲ ਵਾਲੀਆਂ ਸਪਰੇਹਾਂ 6 ਕਰਦੇ ਐ ਇਹਨਾਂ ਚੀਜ਼ਾਂ ਤੋਂ ਤੁਹਾਨੂੰ ਬਾਹਰ ਕੱਢਣਾ ਹੈਗਾ ਇਸੇ ਕਰਕੇ ਕਿਤਾਬ ਲਿਖੀ ਸੀ ਇਸੇ ਕਰਕੇ ਵੀਡੀਓ ਬਣਾਉਣ ਲੱਗੇ ਹੋਇਆ ਇਸੇ ਕਰਕੇ ਆਉਣ ਵਾਲੇ ਸੀਜ਼ਨ ਚ ਵੈਰਾਈਟੀਆਂ ਨੂੰ ਛੱਡ ਗਏ ਨਕਾਰ ਗਏ ਕਈਆਂ ਤੇ ਕਾਂਟੀ ਮਾਰਨੀ ਹੈ ਕਈਆਂ ਤੇ ਆਪਾਂ ਗ੍ਰੀਨ ਟੈਕ ਲਾਉਣੀ ਆ ਉਹਨਾਂ ਨੂੰ ਦੇਖਣ ਦੇ ਲਈ ਆਪਾਂ ਕਿਸਾਨਾਂ ਦੇ ਖੇਤਾਂ ਵਿੱਚ ਜਾ ਰਹੇ ਹੈਗੇ ਆ ਹਰਿਆਣਾ ਰਾਜਸਥਾਨ ਪੰਜਾਬ ਜਿੱਥੇ ਨੌਨ ਮੇਰੇ ਨੌਨ ਚੰਗੇ ਫੇਥਫੁਲ ਫਾਰਮਰ ਹੈਗੇ ਉਹਨਾਂ ਨਾਲ ਵਿజిਟ ਕਰ ਰਹੀ ਹੈਗੇ ਆ ਬਣੇ ਰਹੋ ਚੈਨਲ ਦੇ ਤੁਹਾਨੂੰ ਸਾਰੀਆਂ ਕ੍ਰੌਪ ਪ੍ਰੈਕਟਿਸ ਦੀਆਂ ਘੱਟ ਖਰਚੇ ਵਾਲੀਆਂ ਵੀਡੀਓ ਤੁਹਾਨੂੰ ਮਿਲਦੀਆਂ ਰਹਿਣਗੀਆਂ ਝੋਨਾ ਕਣਕ ਸਰੋਂ ਗੰਨਾ ਹੋਰ ਫਸਲਾਂ ਦੇ ਨਾਲ ਵੀ ਆਪਾਂ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਵੀਡੀਓ ਪਾਉਣ ਦਾ ਕੰਮ ਕਰ ਰਹੇ ਹਾਂ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸੋਸ਼ਲ ਮੀਡੀਆ ਫੇਸਬੁਕ ਇੰਸਟਾਗ੍ਰਾਮ ਤੇ ਸ਼ੇਅਰ ਜਰੂਰ ਕਰ ਲਿਓ ਸਾਰੇ ਵੀਰਾਂ ਦਾ ਧੰਨਵਾਦ